ਸੇਗਾ ਉਹ ਹੀ ਜਿਹੜਾ ਫੁੱਲ ਵੀਡੀਓ ਵਾਚ ਕਰੇਗਾ ਕਿ ਇਹ ਰੈਸਪੀ ਸਾਡੀ ਕਿਸ ਤਰ੍ਹਾਂ ਦੀ ਲੱਗੀ ਹੈ ਤੁਹਾਨੂੰ। ਬਾਕੀ ਜਿਹੜੇ ਨੇ ਉਹ ਮਾਸ਼ਾਅੱਲਾ ਨਾਈਸ ਗੁੱਡ ਲਿਖ ਕਰ ਚਲੇ ਜਾਣਗੇ, ਉਹ ਹੀ ਦੱਸੇਗਾ ਜੋ ਫੁੱਲ ਵੀਡੀਓ ਵਾਚ ਕਰੇਗਾ, ਠੀਕ ਹੈ ਨਾ। ਤਾਂ ਵੀਡੀਓ ਫੁੱਲ ਵਾਚ ਕੀਤੀ ਕਰੋ, ਬਹੁਤ ਸ਼ੁਕਰੀਆ ਤੁਹਾਡਾ, ਮਿਹਰਬਾਨੀ। ਬਿਸਮਿਲ੍ਲਾਹਿ ਰਹਿਮਾਨ ਰਹੀਮ, ਅਸਲਾਮੁ ਅਲੈਕੁਮ। ਉਮੀਦ ਕਰੇਨਾ ਮੇਰੇ ਤਮਾਮ ਵੀਵਰਸ ਖੈਰ ਖਰੀਅਤ ਨਾਲ ਹੋਣਗੇ, ਅੱਲਾ ਪਾਕ ਤੁਹਾਨੂੰ ਸਭ ਨੂੰ ਖੈਰ ਖਰੀਅਤ ਨਾਲ ਰੱਖੇ। ਅੱਜ ਤੁਸੀਂ ਸਾਹਮਣੇ ਦੇਖ ਰਹੇ ਹੋ ਚੁੱਲ੍ਹਾ ਬਣਾਇਆ, ਅਤੇ ਇਸ ਦੇ ਉੱਪਰ ਯਾਨੀ ਕਿ ਮੈਂ ਅੱਜ ਬਣਾ ਰਿਹਾ ਚਾਵਲ, ਖੁਦ ਪਕਾ ਰਿਹਾ। ਤੁਸੀਂ ਵੀਡੀਓ ਫੁੱਲ ਵਾਚ ਕਰਨੀ ਹੈ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਮੈਂ ਕਿਸ ਤਰੀਕੇ ਨਾਲ ਬਣਾਏ ਨੇ ਅਤੇ ਕਿੰਝਦੇ ਲੱਗੇ। ਅਤੇ ਵੈਸੇ ਮੈਂ ਫਸਟ ਟਾਈਮ ਨਹੀਂ ਬਣਾ ਰਿਹਾ, ਪਹਿਲੇ ਵੀ ਬਣਾਉਂਦਾ ਸਾਂ, ਲੇਕਿਨ ਮੈਂ ਸਿਰਫ ਸੋਚਿਆ ਕਿ ਆਪਣੇ ਵਿਵਰਸ ਨੂੰ ਜੋ ਕੁਝ ਮੇਰੇ ਕੋਲ ਟੈਲੈਂਟ ਹੈ ਉਹ ਕਿਉਂ ਨਾ ਸ਼ੇਅਰ ਕੀਤਾ ਜਾਵੇ। ਤਾਂ ਜੋ ਮੇਰੇ ਭੈਣ ਭਾਈ ਮੇਰੇ ਵੀਡੀਓ 'ਤੇ ਨਿਊ ਹੈ, ਵੀਡੀਓ ਨੂੰ ਜ਼ਰੂਰ ਲਾਈਕ ਕਰਨਾ ਔਰ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦੇਣਾ। ਲਾਈਕ ਬਹੁਤ ਕੰਮ ਆਉਂਦੇ ਤੁਹਾਡੇ, ਮੈਨੂੰ ਲਾਈਕ ਦੀ ਵੀ ਜ਼ਰੂਰਤ ਆਉਂਦੀ, ਕਮੈਂਟਸ ਦੀ ਵੀ ਜ਼ਰੂਰਤ ਆਉਂਦੀ ਹੈ। ਤਾਂ ਸ਼ੁਰੂ ਕਰਦੇ ਹਾਂ ਵੀਡੀਓ। ਪਿਆਰੇ ਵੀਵਰਸ, ਮੈਂ ਅੱਗ ਜਲਾ ਲਈ ਹੈ ਚੁੱਲ੍ਹੇ ਦੇ ਵਿੱਚ, ਤਾਂ ਹੁਣ ਮੈਂ ਇੱਕ ਦੇਗਚੀ ਹੈ ਛੋਟੀ ਜੀ, ਇਸ ਦੇ ਅੰਦਰ ਘੀ ਐਡ ਕਰਨ ਲੱਗਾ, ਘਿਓ ਹਸਬੇ ਜ਼ਰੂਰਤ ਘਿਓ। ਔਰ ਉਸ ਤੋਂ ਬਾਅਦ ਇਹ ਪਿਆਜ਼ ਅਤੇ ਹਰੀ ਮਿਰਚ, ਉਸ ਤੋਂ ਬਾਅਦ ਇਹ ਆਲੂ ਹੈ, ਆਲੂ ਅਤੇ ਇਹ ਚਾਵਲ, ਸਭ ਕੁਝ ਚੜਾ ਕੇ ਉਸ ਤੋਂ ਬਾਅਦ ਮੈਂ ਸਟਾਰਟ ਕਰਨਾ ਵੀਡੀਓ ਜੀ। ਤੋ ਵੀਵਰਸ, ਹੁਣ ਪਿਆਜ਼ ਜੋ ਹੈ ਨਾ ਉਹ ਲਾਲ ਹੋ ਚੁੱਕਿਆ, ਅਤੇ ਹੁਣ ਮੈਂ ਇਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਐਡ ਕਰਾਂਗਾ। ਪਾਣੀ ਐਡ ਕਰਨ ਤੋਂ ਬਾਅਦ ਇਹਦੇ ਉੱਤੇ ਦੇ ਦਿਆਂਗੇ ਢੱਕਣ, ਤਾਂ ਕਿ ਇਹਦਾ ਜ਼ਾਇਕਾ ਬਰਕਰਾਰ ਰਹੇ, ਠੀਕ ਹੈ ਨਾ। ਇਹ ਵੀ ਇੱਕ ਟ੍ਰਿਕ ਹੈ ਜੋ ਕਿ ਮੇਰੀਆਂ ਮਾਵਾਂ ਭੈਣਾਂ ਚਾਵਲ ਵਗੈਰਾ ਰੈਸਪੀ ਵਗੈਰਾ ਬਣਾਉਂਦੀਆਂ ਨੇ ਨਾ, ਉਹਨਾਂ ਵਾਸਤੇ ਇੱਕ ਟ੍ਰਿਕ ਹੈ, ਇਸਦੇ ਨਾਲ ਜ਼ਾਇਕਾ ਬਹੁਤ ਬਰਕਰਾਰ ਰਹਿੰਦਾ। ਤੁਸੀਂ ਬਣਾ ਕੇ ਟਰਾਈ ਕਰਕੇ ਲਾਜ਼ਮੀ ਦੇਖਣਾ। ਇੱਕ ਮਿੰਟ ਢੱਕਣ ਬੰਦ ਕਰਨ ਤੋਂ ਬਾਅਦ ਤੁਸੀਂ ਇਹਦੇ ਵਿੱਚ ਮਸਾਲਾ ਜਾਤ ਆਪਣਾ ਐਡ ਕਰ ਲੈਣਾ, ਬਾਕੀ ਸਾਰਾ ਉਹਨਾਂ ਨੂੰ ਪਤਾ ਹੋਵੇਗਾ, ਲੇਕਿਨ ਮੈਂ ਆਪਣੀ ਤਰਫੋਂ ਜੋ ਦਿਖਾ ਰਿਹਾ ਅਤੇ ਬਿਤਾ ਰਿਹਾ, ਸਹੀ ਹੈ ਨਾ। ਇਸ ਤੋਂ ਬਾਅਦ ਨਮਕ ਐਡ ਕਰਾਂਗੇ, ਨਮਕ ਵਗੈਰਾ ਡਾਲ ਕੇ ਅਤੇ ਇਹਦੇ ਵਿੱਚ ਐਡ ਕਰ ਲਵਾਂਗੇ ਜੀ ਹੁਣ ਆਲੂ, ਠੀਕ ਹੈ ਨਾ। ਆਲੂ ਨੂੰ ਅੱਛੀ ਤਰ੍ਹਾਂ ਪੁਣੀ ਲਗਾ ਕੇ ਫਿਰ ਉਹਦੇ ਵਿੱਚ ਪਾ ਦਿਆਂਗੇ ਪਾਣੀ, ਜੇ ਤਾਂ ਵੀ ਬਸ ਇੱਕ ਉਬਾਲਾ ਅੱਛੀ ਤਰੀਕੇ ਨਾਲ ਆ ਗਿਆ, ਜਿਹਦੇ ਨਾਲ ਆਲੂ ਜਿਹੜੇ ਨੇ ਤਕਰੀਬਨ ਅੱਧੇ ਗਲ ਚੁੱਕੇ ਨੇ, ਅਤੇ ਬਾਕੀ ਡੇਢ ਪਾਓ ਚਾਵਲ ਆਉਣ ਅਤੇ 3 ਪਾਓ ਅਸੀਂ ਪਾਣੀ ਇਹਦੇ ਵਿੱਚ ਐਡ ਕਰ ਲੈਂਦੇ ਹਾਂ, ਠੀਕ ਹੈ। ਤਕਰੀਬਨ 1 ਕਿਲੋ ਪਾਣੀ ਹੈ ਇਸ ਹਿਸਾਬ ਦਾ ਜੀ। ਠੀਕ ਹੈ ਨਾ ਜੀ, ਹੁਣ ਇਹਦੇ ਵਿੱਚ ਅਸੀਂ ਚਾਵਲ ਐਡ ਕਰ ਲੈਂਦੇ ਹਾਂ।
जी तो प्यारे व्यूअर्स, मैं उन्होंने दे विच चावल ऐड कर दिते ने। बाकी ये हुण जिस टाइम तैयार होंदे ने तो फिर मिलने हैं ताकि वीडियो लंबी ज़्यादा ना हो जाए। चावल माशाल्लाह जी साढ़े हुण तैयार हो चुके ने, बस हुण इन्हां नूं दम देना, दम लगा के ते उस तो बाद फिर देखते हैं कि किस तरह के साढ़े चावल रेसिपी अज बनी। तुसां सानूं जरूर दसना है कि वाकई इस तरह होंदी है। वैसे तो रंग खुशबू इतनी प्यारी आ रही है ना, ज़बरदस्त माशाल्लाह। मैं वैसे पहले भी बनाता रहा लेकिन आज कमाल ही हो गया। हाँ हुण मैं इहदे उत्ते दम लगाउण वास्ते प्लेट दे दिना पौणे नाल लगा के, तो उस तो बाद तुहानूं इह दिखाने आ कि किस तरह की साडी रेसिपी बनी। प्यारे व्यूअर्स, ये हुण चावल साढ़े हो चुके ने माशाअल्लाह तैयार। इस दे उत्ते हुण असां नींबू प्याज ते अचार वाला मसाला ये ऐड कर लिता। इसकी वजह नाल यह है कि ये बहुत ही ज़्यादा ज़बरदस्त जायका होर मज़ीद बढ़ जाता है। जिस मेरे बहन भाई नूं वीडियो मेरी अच्छी लगे मैंने कमेंट से लाजमी दसना है, बिल्कुल तुसा दसना है। अगर कोई गलती हो वे तो वह भी दस देना है। तो वीडियो जरूर लाइक की करो, ठीक है ना। मेरा व्यूअर देख किस तरह की आज की रेसिपी तुम्हें लगी, अगर अच्छी लगी तो वीडियो लाइक जरूर करना, कमेंट से जरूर दस देना। तो मिलेंगे किसी नैक्सट वीडियो नाल। आज का व्लॉग इन्ना ही, तो दो इजाजत, तब तक के लिए अल्लाह हाफिज़।